ਪੰਜਾਬ ਪੁਲਿਸ ਦਾ ਨਾਮ ਕਿਸੇ ਨਾ ਕਿਸੇ ਵਿਵਾਦ ਨਾਲ ਜੁੜੀ ਜਾਂਦਾ ਹੈ ਤੇ ਅਜਿਹਾ ਹੀ ਮਾਮਲਾ ਹੁਣ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਸਿਟੀ 1 ਦੇ SHO ਤੇ ਇੱਕ ਥਾਣੇਦਾਰ ਨੇ ਵਾਂਟਿਡ ਗੈਂਗਸਟਰ ਨੂੰ 3 ਲੱਖ ਦੀ ਰਿਸ਼ਵਤ ਲੈ ਕੇ ਛੱਡਣ ਦਾ ਦੋਸ਼ ਲੱਗਿਆ ਹੈ। ਉੱਥੇ ਬਰਨਾਲਾ ਦੇ SSP ਦੇ ਹੁਕਮਾਂ ਤੋਂ ਬਾਅਦ 2 ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਥਾਣੇਦਾਰ ਨੂੰ 1,04,000 ਰੁਪਏ ਨਾਲ ਗ੍ਰਿਫਤਾਰ ਕੀਤਾ ਜਦਕਿ SHO ਫਰਾਰ ਹੈ ਜਿਸ ਦੀ ਭਾਲ ਜਾਰੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ DSP ਸਿਟੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਇੱਕ ਵਿਆਹਤਾ ਮਹਿਲਾ ਬਿਨਾਂ ਕਿਸੇ ਨੂੰ ਦੱਸੇ ਆਪਣੇ ਘਰ ਤੋਂ ਚਲੀ ਗਈ ਸੀ ਜਿਸ ਦਾ ਮੁਕਦਮਾ ਬਰਨਾਲਾ ਦੇ ਸਿਟੀ 1 ਪੁਲਿਸ ਸਟੇਸ਼ਨ ਵਿੱਚ ਦਰਜ ਹੋਇਆ ਸੀ ਤੇ ਜਿਸ ਦੀ ਜਾਂਚ ਲਈ ਥਾਣੇਦਾਰ ਪਵਨ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਤੇ SHO ਨੇ ਮਹਿਲਾ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰਕੇ 2 ਹੋਰ ਦੋਸ਼ੀਆਂ ਨੂੰ 3 ਲੱਖ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਸੀ। ਜਿਹੜਾ SHO ਸਿਟੀ ਬਰਨਾਲਾ SI ਬਲਜੀਤ ਸਿੰਘ ਅਤੇ ਇੱਕ ASI ਪਵਨ ਕੁਮਾਰ ਜਿਹੜਾ ਕਿ ਬੱਸ ਸਟੈਂਡ ਚੌਕੀ ਦੇ ਵਿੱਚ ਤੈਨਾਤ ਸੀਗਾ, ਅਸੀਂ ਇਹਨਾਂ ਦੋਨਾਂ ਦੇ ਵਿਰੁੱਧ FIA ਨੰਬਰ 347 ਅੰਡਰ ਸੈਕਸ਼ਨ 7 ਪ੍ਰਵੈਂਸ਼ਨ ਔਫ ਕਰਪਸ਼ਨ ਐਕਟ 1988 ਅਤੇ 221 IPC ਦਰਜ ਰਜਿਸਟਰ ਕੀਤਾ ਹੈਗਾ। ਇਹ ਕਰਪਸ਼ਨ ਦਾ ਮਾਮਲਾ ਹੈਗਾ ਅਤੇ ਉਸਦੇ ਵਿੱਚ ਅਸੀਂ ਇਹਦਾ ਸੰਗਿਆਨ ਲੈਂਦੇ ਹੋਏ, ਕਿਉਂਕਿ ਜ਼ੀਰੋ ਟੋਲਰੈਂਸ ਪੋਲਿਸੀ ਹੈ ਮਾਨਯੋਗ CM ਸਾਹਿਬ ਦੀ ਅਤੇ DGP ਸਾਹਿਬ ਦੀ ਅਗੇਂਸਟ ਕਰਪਸ਼ਨ, ਸੋ ਵੀ ਹੈਵ ਰਜਿਸਟਰਡ ਆ ਕੇਸ ਅਗੇਂਸਟ ਦੈਟ। ਇਹਦੇ ਵਿੱਚ ਜਿਹੜਾ ਕੋਈ 3 ਲੱਖ ਬਤੌਰ ਇਹਨਾਂ ਨੇ ਰਿਸ਼ਵਤ ਲਿੱਤੀ ਸੀਗੀ ਕਿਸੇ ਦੋਸ਼ੀ ਨੂੰ ਫਾਇਦਾ ਦੇਣ ਲਈ,